ਬਾਬਾ ਪਰਮਜੀਤ ਸਿੰਘ ਜੀ ਔਰ ਸਰਬੱਤ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਸਨ ਕਈ ਦਿਨਾਂ ਤੋਂ। ਭੋਗ ਉਪਰੰਤ ਜੋ ਸਤਿਗੁਰੂ ਜੀ ਨੇ ਤਰੁੱਟ ਕੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਉਸ ਹੁਕਮਨਾਮੇ ਦੀ ਕਥਾ, ਗੁਰਬਾਣੀ ਦੀ ਵਿਚਾਰ ਆਪ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਪਾਸੋਂ ਗੁਰਬਾਣੀ ਦੀਆਂ ਗੁਰਮਤਿ ਦੀਆਂ ਸੁੰਦਰ ਵਿਚਾਰਾਂ ਸਰਵਣ ਕਰ ਰਹੇ ਸੀ। ਉਦਾਸ ਤੇ ਤੁਹਾਡੇ ਚਰਨਾਂ 'ਚ ਹਾਜ਼ਰ ਹੋਇਆ ਕੇਵਲ ਖਿਮਾ ਮੰਗਣ ਵਾਸਤੇ, ਕਿਉਂਕਿ ਬਾਬਾ ਪਰਮਜੀਤ ਸਿੰਘ ਜੀ ਨੇ ਮੈਨੂੰ ਦੱਸਿਆ ਤੇ ਪਹਿਲਾਂ ਹੀ ਸੀ, ਪਰ ਮੈਂ ਉਦੋਂ ਸੀ ਬਾਹਰ ਕੈਨੇਡਾ ਦੇ ਵਿੱਚ ਜਦੋਂ ਗੱਲ ਹੋਈ, ਇੱਥੇ ਆ ਕੇ ਮੇਰੇ ਧਿਆਨ ਵਿੱਚੋਂ ਨਿਕਲ ਗਿਆ, ਡਾਇਰੀ ਵਿੱਚ ਨੋਟ ਨਹੀਂ ਕਰ ਸਕਿਆ। ਹਾਜ਼ਰੀ ਦੇ ਪੂਰੇ ਦੀਵਾਨ ਦੀ ਭਰਨੀ ਸੀ, ਪਰ ਹੁਣ ਤੇ ਸਿਰਫ 5-7 ਮਿੰਟ ਦੇ ਵਿੱਚ ਸੰਗਤਾਂ ਦੇ ਦਰਸ਼ਨ ਹੀ ਕਰਨੇ ਨੇ। ਇਸ ਕਰਕੇ ਪਹਿਲਾਂ ਤਾਂ ਦਾਸ ਇਸ ਗੱਲ ਦੀ ਖਿਮਾ ਮੰਗਦਾ ਹੈ ਬਾਬਾ ਪਰਮਜੀਤ ਸਿੰਘ ਜੀ ਪਾਸੋਂ ਵੀ ਔਰ ਆਪ ਸਰਬੱਤ ਸੰਗਤਾਂ ਦੇ ਪਾਸੋਂ ਵੀ। ਪਰਮ ਪੂਜਨੀਕ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਆਪ ਜਨਮ ਦਿਹਾੜਾ ਮਨਾਉਣ ਵਾਸਤੇ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਹੋਏ ਹੋ, ਸਾਧ ਪਠਾਏ ਆਪ ਹਰ ਹਰ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਰੋਂ ਘਰੋਂ ਵਰਸਾਏ ਮਹਾਂਪੁਰਖਾਂ ਨੂੰ ਨਿਵਾਜ ਕੇ ਸੰਸਾਰ 'ਤੇ ਭੇਜਿਆ। ਕੀ ਕਹਿ ਕੇ ਹਮ ਤੁਮ ਤੇ ਨਾ ਹੀ ਦੂਰ, ਆਪਣਾ ਕੋਈ ਕਰਮਚਾਰੀ ਹੋਵੇ ਆਪਾਂ ਉਸਨੂੰ ਬਾਹਰਲੇ ਕਿਸੇ ਮੁਲਕ ਵਿੱਚ ਭੇਜੀਏ ਕਿਸੇ ਦੁਨਿਆਵੀ ਕਾਰਜ ਵਾਸਤੇ, ਆਪਾਂ ਵੀ ਉਸਨੂੰ ਪੂਰਾ ਯਕੀਨ ਦਵਾ ਕੇ ਭੇਜਦੇ ਹਾਂ ਕਿ ਜਦੋਂ ਵੀ ਤੈਨੂੰ ਜ਼ਰੂਰਤ ਮਹਿਸੂਸ ਹੋਈ ਤੂੰ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਸਨੂੰ ਆਪਣਾ ਟੈਲੀਫੋਨ ਨੰਬਰ ਦੇ ਦਿੰਦੇ ਹਾਂ, ਜਾਂ ਫਿਰ ਜਿਹੜੇ ਅੱਜ ਕੱਲ੍ਹ ਸਾਧਨ ਹੋ ਗਏ ਨੇ ਆਪਣੀ ਈਮੇਲ ਆਈਡੀ ਦੇ ਦਿੰਦੇ ਹਾਂ, ਸੰਪਰਕ ਦਾ ਕੋਈ ਹੋਰ ਢੰਗ ਤਰੀਕਾ ਦੱਸ ਦਿੰਦੇ ਹਾਂ ਵੀ ਤੂੰ ਕਿਸੇ ਵੇਲੇ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਹਾਂਜੀ, ਅਕਾਲ ਪੁਰਖ ਵਾਹਿਗੁਰੂ ਆਪਣੇ ਦਰੋਂ ਘਰੋਂ ਵਰਸਾਏ ਮਹਾਂਪੁਰਖਾਂ ਨੂੰ ਭੇਜਦਾ ਸੰਸਾਰ 'ਤੇ, ਉਹ ਵੀ ਆਪਣੇ ਵੱਲੋਂ ਪੂਰਾ ਯਕੀਨ ਦਵਾ ਕੇ, ਸਾਧ ਬਿਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ, ਕਿ ਮੈਂ ਹਮੇਸ਼ਾ ਹੀ ਤੁਹਾਡੇ ਅੰਗ ਸੰਗ ਰਹਾਂ। ਆਪਾਂ ਤਾਂ ਇਹ ਕਹਿ ਕੇ ਭੇਜਦੇ ਹਾਂ ਨਾ ਕਿਸੇ ਨੂੰ ਵੀ ਤੂੰ ਮੇਰੇ ਨਾਲ ਸੰਪਰਕ ਕਰ ਸਕਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਕੀ ਕਹਿ ਕੇ ਭੇਜਦਾ ਹੈ ਕਿ ਮੈਂ ਤੇਰੇ ਨਾਲ ਹੀ ਰਹਾਂਗਾ, ਤੇਰੇ ਕੋਲੋਂ ਦੂਰ ਨਹੀਂ ਹੋਵਾਂਗਾ। ਉਹ ਸਾਰ ਸੰਗਤ ਹੈ ਤੇ ਸਾਰਿਆਂ ਦੇ ਨਾਲ, ਪਰ ਅਸੀਂ ਅਣਜਾਣਪਣੇ ਦੇ ਵਿੱਚ ਜਾਂ ਅਗਿਆਨਤਾ ਵਿੱਚ ਉਸਨੂੰ ਦੂਰ ਸਮਝ ਲਿਆ। ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਂਦਿਆਂ ਦੂਰੀ ਹੈ। ਸਾਰਿਆਂ ਦੇ ਅੰਗ ਸੰਗ, ਪਰ ਅਗਿਆਨ ਵੱਸ ਹੋ ਕੇ ਇੱਕ ਨਾ ਨੇ ਉਸਨੂੰ ਦੂਰ ਜਾਣ ਲਿਆ ਹੈ ਔਰ ਇੱਕ ਨਾ ਨੇ ਉਸਨੂੰ ਆਪਣੇ ਅੰਗ ਸੰਗ ਸਮਝਿਆ ਹੈ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਉਹ ਹਮੇਸ਼ਾ ਉਸਨੂੰ ਆਪਣੇ ਅੰਗ ਸੰਗ ਸਮਝਦੇ ਨੇ। ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਇਹ ਯਕੀਨ ਦਵਾ ਕੇ ਭੇਜਿਆ ਮਾਤ ਲੋਕ ਤੇ, ਸਾਧ ਬਿਠਾਏ ਆਪ ਹਰ ਹਮ ਤੁਮ ਤੇ ਨਾ ਹੀ ਦੂਰ, ਨਾਨਕ ਭਰਮ ਭਾਉ ਮਿਟ ਗਏ ਰਮਣ ਰਾਮ ਭਰ ਭਰ। ਫਿਰ ਸੰਸਾਰ ਤੇ ਆ ਕੇ ਕਰਦੇ ਕੀ ਨੇ, ਕਿਉਂਕਿ ਉਹਨਾਂ ਨੇ ਆਪਣੇ ਵਾਸਤੇ ਕੁਝ ਨਹੀਂ ਕਰਨਾ ਹੁੰਦਾ, ਉੱਤੇ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਵਰਸਾ ਕੇ ਹੀ ਆਉਂਦੇ ਨੇ, ਜੋ ਕੁਝ ਵੀ ਕਰਦੇ ਨੇ ਦੂਸਰਿਆਂ ਵਾਸਤੇ। ਜਨਮ ਮਰਨ ਦੋਹੂੰ ਮੈਂ ਨਾਹੀ, ਕਿਸੇ ਜੰਮਣ ਮਰਨ ਦੇ ਬੰਧਨ ਵਿੱਚ ਨਹੀਂ ਹੁੰਦੇ, ਜੰਮਣ ਮਰਨ ਨਾ ਤਿੰਨ ਕਹੋ ਜੋ ਹਰ ਲੜ ਲਾਗੇ, ਆਵੇ ਨਾ ਜਾਹੇ ਨਾ ਕਬੂ ਮਰਦੇ, ਪਾਰ ਬ੍ਰਹਮ ਸੰਗਾਰੀ ਦੇ
ਕਿਤੋਂ ਆਉਂਦੇ ਨੇ ਨਾ ਕਿਤੇ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ, ਸੰਸਾਰ 'ਤੇ ਪ੍ਰਗਟ ਹੋ ਜਾਂਦੇ ਨੇ ਆਪਣੀ ਮੌਜ ਦੇ ਨਾਲ, ਉਹਦੇ ਵਿੱਚ ਫਿਰ ਅਭੇਦ ਹੋ ਜਾਂਦੇ ਨੇ। ਜਿਸ ਤਰ੍ਹਾਂ ਬੱਦਲ ਕਿੱਥੋਂ ਆਉਂਦਾ, ਆਸਮਾਨ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਔਰ ਮੀਂਹ ਵਰਸਾ ਕੇ ਸਾਰੀ ਵਨਸਪਤੀ ਨੂੰ ਹਰੀ ਭਰੀ ਕਰਕੇ, ਸੜਦੇ ਬਲਦੇ ਜੀਵਾਂ ਨੂੰ ਸ਼ਾਂਤ ਕਰਕੇ, ਮੀਂਹ ਵਰਸਾ ਕੇ ਬੱਦਲ ਆਸਮਾਨ ਵਿੱਚ ਹੀ ਅਲੋਪ ਹੋ ਜਾਂਦਾ ਹੈ। ਸਾਰ ਸੰਗਤ ਬਿਲਕੁਲ ਇਸੇ ਤਰ੍ਹਾਂ ਇਹੋ ਜਿਹੇ ਪਰਮੇਸ਼ੁਰ ਦੇ ਪਿਆਰੇ ਸੰਤ ਜਨ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਸੰਸਾਰ 'ਤੇ ਆਉਂਦੇ ਨੇ। ਸੰਸਾਰ 'ਤੇ ਆ ਕੇ ਨਾਮ ਬਾਣੀ ਦੀ, ਆਪਣੇ ਪਰਉਪਕਾਰਾਂ ਦੀ ਵਿਰਖਾ ਕਰਦੇ ਨੇ। ਸੜਦੀ ਬਲਦੀ ਦੁਨੀਆਂ ਨੂੰ ਨਾਮ ਦੇ ਠੰਡੇ ਛੱਟਿਆਂ ਦੁਆਰਾ ਸ਼ਾਂਤ ਕਰਕੇ, ਬੇਅੰਤ ਟੁੱਟੇ ਔਰ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਚੁੱਕੇ ਜੀਵਾਂ ਨੂੰ ਸ਼ਬਦ ਦੇ ਆਸਰੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਕੇ, ਜਿਸ ਬ੍ਰਹਮ ਵਿੱਚੋਂ ਉਸਦਾ ਹੁਕਮ ਮੰਨ ਕੇ ਉਸ ਸੰਸਾਰ 'ਤੇ ਪ੍ਰਗਟ ਹੋਏ ਸਨ, ਉਸੇ ਬ੍ਰਹਮ ਦੇ ਵਿੱਚ ਜਾ ਕੇ ਅਭੇਦ ਹੋ ਜਾਂਦੇ। ਇਸ ਕਰਕੇ ਉਹਨਾਂ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮਾਨ ਕਰਦੇ ਨੇ, ਜਨਮ ਮਰਨ ਦੋਵੇਂ ਨਾਹੀ, ਜਨ ਪਰ ਉਪਕਾਰ ਹੀ ਆਏ, ਜੀ ਉਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਲਾਏ। ਬਸ ਇਹ ਧਾਰਨਾ ਪੜ੍ਹ ਕੇ ਆਪਾਂ, ਵੈਸੇ ਕੀਰਤਨ ਅਤੇ ਕਥਾ ਗੁਰਮਤਿ ਦੀਆਂ ਵਿਚਾਰਾਂ ਇਹ ਮੁਤਬਾਤਰ ਜਾਰੀ ਰਹਿਣੀਆਂ ਨੇ, ਇਹ ਧਾਰਨਾ ਪੜ੍ਹ ਕੇ ਬਿਰਦਾਸਾਂ ਨੇ ਆਪਦੇ ਪਾਸੋਂ ਖੇਮਾ ਮੰਗ ਲੈਣੀ ਹੈ। ਕੀ ਪਰਉਪਕਾਰੀ ਆਏ ਤੇਰੇ ਜਨ, ਪਰਉਪਕਾਰੀ ਆਏ, ਪਰਉਪਕਾਰੀ ਆਏ, ਪਰਉਪਕਾਰੀ ਆਏ, ਜਨਮ ਮਰਨ ਦੋਵੇਂ ਮੈਂ ਨਾਹੀ, 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 ਜਨ ਪਰ ਉਪਕਾਰੀ ਆਏ ਤੇਰੇ, ਪਰਉਪਕਾਰੀ ਆਏ, ਪਰਉਪਕਾਰੀ ਆਏ, ਜੀਦਾਨ ਦੇ ਭਗਤੀ, ਜੀਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ, ਹਰ ਉਪਕਾਰੀ ਆਏ, ਸਾਰ ਸੰਗਤ ਇੱਕ ਤੇ ਉਹਨਾਂ ਦੇ ਪਰਉਪਕਾਰ ਉਹ ਸਨ ਜਿਹੜੇ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਰਹੇ। ਕਿਸੇ ਗਰੀਬ ਦੀ ਲੜਕੀ ਵਿਆਹ ਦਿੱਤੀ, ਕੋਈ ਸਕੂਲ ਬਣਵਾ ਦਿੱਤਾ, ਹਸਪਤਾਲ ਬਣਵਾ ਦਿੱਤਾ, ਕੋਈ ਹੋਰ ਸਰਕਾਰੀ ਇਮਾਰਤ ਬਣਾ ਦਿੱਤੀ, ਜਾਂ ਮਾਇਆ ਦੁਆਰਾ ਮਨੁੱਖਤਾ ਦੀ, ਸਮਾਜ ਦੀ ਸੇਵਾ ਕਰ ਦਿੱਤੀ, ਇਹ ਤੇ ਤੁਸੀਂ ਸਾਰੇ ਹੀ ਦੇਖਦੇ ਹੋ। ਪਰ ਇੱਕ ਪਰਉਪਕਾਰ ਜਿਹੜਾ ਕੇਵਲ ਮਹਾਂਪੁਰਖ ਪਰਮੇਸ਼ਰ ਦੇ ਪਿਆਰੇ ਸੰਤ ਜਨ ਹੀ ਕਰ ਸਕਦੇ ਨੇ, ਜੀ ਉਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਇਹ ਦੂਸਰੇ ਉਪਕਾਰ ਤੇ ਦੁਨੀਆਦਾਰ ਜਿਹੜੇ ਦੁਨਿਆਵੀ ਲੋਕ ਵੀ ਕਰ ਸਕਦੇ ਨੇ, ਜਿਹੜਾ ਇਹ ਪਰਉਪਕਾਰ ਹੈ ਟੁੱਟੀਆਂ ਸੁਰਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ। ਸਾਰ ਸੰਗਤ ਉਹ ਇਹੋ ਜਿਹੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਹਿੱਸੇ ਹੀ ਆਇਆ ਹੈ। ਸੋ ਆਪ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਬੈਠੇ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ, ਸੋ ਆਪ ਸਰਬੱਤ ਸੰਗਤਾਂ ਨੂੰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ। ਇਤਨੀ ਹਾਜ਼ਰੀ ਪ੍ਰਵਾਨ, ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।